ਸਥਾਨਕ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਸੇ ਸ਼ਰਾਰਤੀ ਅੰਸਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਗੁਰਦੁਆਰਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਅਜਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਸਵੇਰੇ ਕਰੀਬ 4 ਵਜੇ ਆਏ। ਗੁਰਦੁਆਰਾ ਸਾਹਿਬ ਵਿਖੇ ਆਉਂਦੇ ਸਾਰ ਉਹਨਾਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਜੋੜਾ ਘਰ ਦੇ ਕੋਲ ਕਿਸੇ ਸ਼ਰਾਰਤੀ ਅੰਸਰ ਦੁਆਰਾ ਸ਼੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਭੰਗ ਕਰਕੇ ਬੇਅਦਬੀ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਘਟਨਾ ਦੇ ਸੰਬੰਧ 'ਚ ਉਹਨਾਂ ਵੱਲੋਂ ਸਥਾਨਕ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ। ਸੋ ਆਓ ਜਾਣਦੇ ਹਾਂ ਕਿ ਆਖਰ ਕੀ ਹੈ ਪੂਰਾ ਮਾਮਲਾ। अज तकरीबन सवेरे 4 बजे आप जो गुरद्वारा साहब आए हाँ तो जिते आप जोड़े तारी थे हाँ उत सेवादार सेवा कर रहा सी थे। उते एक लफाफा चिट्टे रंग दे विच उन्हें वेख्या तो जो चौके वेख्या तो उहदे विच सुखमनी साहब के गुटका साहब की जिहड़ी आ पत्तरे पाड़ के ਹੋਰ ਬੇਅਦਬੀ ਕੀਤੀ ਗਈ ਸੀ ਅਤੇ ਬਾਹਰ ਇੱਕ ਚਿੱਟ ਲਾਈ ਸੀ ਜਿਹਦੇ ਉੱਤੇ ਇੱਕ ਫਤਿਹਗੜ੍ਹ ਚੂੜੀਆਂ ਦਾ ਮਾਨ ਚਿੰਤਪੁਰਨੀ ਮੰਦਰ ਦਾ ਨਾਂ ਲਿਖਿਆ ਸੀ। ਥੱਲੇ ਲਿਖਿਆ ਸੀ ਮੇਰਾ ਕੋਈ ਨਹੀਂ ਵਿਗਾੜ ਸਕਦਾ ਅਤੇ ਦੁਬਾਰਾ ਤੁਸੀਂ ਸੁਖਮਨੀ ਸਾਹਿਬ ਲਿਆਓਗੇ ਅਤੇ ਮੈਂ ਦੁਬਾਰਾ ਫਿਰ ਇਸੇ ਤਰ੍ਹਾਂ ਹੀ ਗੁਟਕਾ ਸਾਹਿਬ ਦੀ ਬੇਅਦਬੀ ਕਰਾਂਗਾ। ਅਤੇ ਉਸ ਬਾਬਤ ਸਾਨੂੰ ਬਹੁਤ ਹੀ ਬੇਅਦਬੀ ਦਾ ਜਿਹੜਾ ਵਾ ਚਿੰਤਾ ਅਤੇ ਚੁੱਕਿਆ ਸਾਨੂੰ ਕਿ ਜਿਹੜੀ ਇਹ ਅੰਗਾਂ ਦੀ ਬੇਅਦਬੀ ਕੀਤੀ ਗਈ ਆ ਅਤੇ ਸਾਡਾ ਜਿਹੜਾ ਅਸੀਂ ਕੈਮਰੇ ਜਿਹੜੇ ਆ ਉਹ ਵੀ ਚੈੱਕ ਕਰ ਰਹੇ ਹਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਇਹ ਕੌਣ ਦੁਸ਼ਟਿਆ ਜਿਹਨੇ ਇਹ ਗੁਟਕਾ ਸਾਹਿਬ ਦੀ ਇਸ ਤਰ੍ਹਾਂ ਬੇਅਦਬੀ ਕੀਤੀ ਆ। ਅਤੇ ਸਾਨੂੰ ਪ੍ਰਸ਼ਾਸਨ ਤੋਂ ਪੁੰਜੋਰ ਇਹ ਮੰਗਿਆ ਕਿ ਦੋਸ਼ੀ ਦਾ ਪਤਾ ਲਾ ਕੇ ਉਹਨੂੰ ਕੜੀ ਦੀ ਤੋਂ ਕੜੀ ਜਿਹੜੀ ਆ ਸਜ਼ਾ ਉਹ ਜਿਹੜੀ ਆ ਦਿੱਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕੋਈ ਸ਼ਬਦ ਨਹੀਂ ਆ ਬਾਣੀ ਦਾ ਸ਼ਬਦ ਆ ਕਿਰਤ ਕਰਨ ਉਹ ਵੀ ਸ਼ਬਦ ਛੋਟਾ ਪੈਂਦਾ ਆ। ਇਹੋ ਜਿਹੇ ਨਪੁੰਸਕ ਨਾ ਬੁੱਧੀ ਵਾਲੇ ਬੁੱਧੀ ਭ੍ਰਿਸ਼ਟ ਵੀ ਬੁੱਧੀ ਭ੍ਰਿਸ਼ਟ ਵਾਲੇ ਨੂੰ ਕਿਹੜੀ ਅਜਨਾਲੇ ਸ਼ਹਿਰ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਇਹ ਘਨਾਉਣਾ ਕੰਮ ਨਹੀਂ। ਇਹ ਸੋਚੀ ਸਮਝੀ ਸਾਜਿਸ਼ ਕਿਸੇ ਸ਼ੈਤਾਨ ਦੀ ਅੰਸਰ ਦੀ ਆ ਕਿਹੜਾ ਖਾਸ ਕਰਕੇ ਅਜਨਾਲੇ ਕਸਬੇ ਦੀ ਗੱਲ ਕਰਨ ਲੱਗਾ ਜਿੱਥੇ ਹਿੰਦੂ ਮੁਸਲਮਾਨ ਸਿੱਖ ਇਸਾਈ ਹਰ ਧਰਮ ਮਜ਼ਹਬ ਦਾ ਮੁਸਲਮਾਨ ਵੀ ਸਾਡੇ ਨਾਲੇ ਰਹਿੰਦੇ ਆ। ਇਹ ਕਿ ਜਿੰਨੇ ਵੀ ਕੀਤੀ ਆ ਕੈਮਰੇ ਲੱਗੇ ਆ ਮੈਂ ਪੁੱਛਦਾ ਪਿਆ ਪ੍ਰਧਾਨ ਜੀ ਨੇ ਸਾਹਿਬ ਮਲਕੀਤ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਕੈਮਰੇ ਲੱਗੇ ਨੇ ਧੁੰਦ 'ਚ ਸਕੈਚ ਆਇਆ ਆ। ਜੇ ਉਹ ਸਕੈਚ ਪ੍ਰਸ਼ਾਸਨ ਦੀ ਮਦਦ ਨਾਲ ਜਾਂ ਕਿਸੇ ਦੇ ਬੁੱਧੀਜੀਵ ਦੀ ਮਦਦ ਨਾਲ ਪ੍ਰਸ਼ਾਸਨ ਵੀ ਸਾਨੂੰ ਸ਼ਕਲ ਆ ਜਾਂਦੀ ਆ ਤਾਂ ਮੈਂ ਕਹਾਂਗਾ ਪ੍ਰਸ਼ਾਸਨ ਕੁਛ ਨਾ ਕਰੇ ਇਸ ਚੌਂ 'ਚ ਖਿਲਾਰ ਕੇ ਇਹੋ ਜਿਹੇ ਨੂੰ ਨੰਗਾ ਕਰਕੇ ਇੱਕ ਛਿੱਤਰ ਮਾਰੇ ਜਾਣ ਮੂੰਹ ਕਾਲਾ ਕੀਤਾ ਜਾਵੇ ਅਤੇ ਖੋਤੇ ਨਾਲ ਜਿਹੜਾ ਵਾਲਾਂ ਨਾਲ ਧੋਇਆ ਜਾਵੇ ਕਿਹੜਾ ਸਾਡੇ ਅਜਨਾਲੇ ਸ਼ਹਿਰ ਦੀ ਸ਼ਾਂਤੀ ਭੰਗ ਕਰਨੀ ਇੰਨੀ ਘਨਾਉਣੀ ਹਰਕਤ ਕਿਹਨੇ ਕੀਤੀ ਆ। ਅਤੇ ਮੇਰਾ ਇਹ ਵੀ ਬੇਨਤੀ ਆ ਖਾਸ ਕਰਕੇ ਅਜਨਾਲੇ ਸ਼ਹਿਰ ਨਿਵਾਸੀਆਂ ਨੂੰ ਕਿ ਜਿਸ ਦਰ 'ਤੇ ਹੋਇਆ ਆ ਉੱਥੇ ਕਿਸੇ ਦੀ ਸਿਫਾਰਿਸ਼ ਦੀ ਕਿਸੇ ਦੇ ਹੁਕਮ ਦੀ ਕਿਸੇ ਦੀ ਦਲੀਲ ਦੀ ਅਪੀਲ ਦੀ ਲੋੜ ਨਹੀਂ ਆ। ਭਾਵੇਂ ਕਿਸੇ ਧਰਮ ਮਜ਼ਹਬ ਦਾ ਬਗੈਰ ਥੰਮਾਂ ਤੋਂ ਖਲੋਤੀ ਉਹ ਸ਼ਕਤੀ ਇੱਥੇ ਹੀ ਸਭ ਕੁਛ ਧਰਤੀ ਦੇ ਹੀ ਆ ਕਰਮਾਂ ਦੀਆਂ ਖੇਡਾਂ ਨੇ ਸਾਰੀਆਂ ਅਤੇ ਇਹ ਕਰਮ ਇੱਥੇ ਭੋਗਣੇ ਪੈਣੇ ਆ। ਸਜ਼ਾ ਜਿਹੜਾ ਦੇ ਆਪ ਕਿਹੜੇ ਇਸ਼ਟ ਨੂੰ ਵੀ ਮੰਨਦਾ ਹਾ ਆਹ ਹਿੰਦੂ ਵੀ ਖਲੋਤੇ ਨੇ ਸਿੱਖ ਵੀ ਖਲੋਤੇ ਨੇ ਕ੍ਰਿਸਚਨ ਵੀ ਖਲੋਤੇ ਨੇ ਸਾਰਿਆਂ ਦੇ ਹਿੰਦਰੇ ਵਰੂਲੇ ਗਏ ਨੇ। ਮੈਂ ਤਾਂ ਬੇਨਤੀ ਕਰਾਂਗਾ ਅਜਨਾਲੇ ਵਾਲਿਓ ਅੱਗੇ ਵੀ ਤੁਸੀਂ ਕਈ ਤੱਤੀਆਂ ਰਾਤਾਂ ਕਈ ਦੁੱਖ ਦੀਆਂ ਰਾਤਾਂ ਕੱਟੀਆਂ ਨੇ ਇਸ ਘਰਾਉਣੀ ਹਰਕਤ ਤੋਂ ਆਪਣੇ ਭਾਈਚਾਰਾ ਨਾ ਭਾਈਚਾਰੇ ਸਾਂਝ ਨਾ ਤੋੜਿਓ ਇਹ ਗੰਦ ਨੂੰ ਪਕੜਿਓ ਇਹ ਗੰਦ ਇਹ ਜਿਹੜਾ ਅੱਜ ਗੰਦ ਫੜਿਆ ਇਹਨੂੰ ਕਾਬੂ ਕਰੀਏ ਇਹ ਜਿਹੜਾ ਅੱਜ ਇਹ ਜਿਹੜਾ ਕਰਦਾ ਪਿਆ ਕੁਛ ਵੀ ਗਾਂ ਕਰ ਸਕਦਾ। ਅੱਗੇ ਵੀ ਆ ਮੰਦਰ 'ਚ ਸ਼ਿਵ ਮੰਦਰ 'ਚ ਇਹ ਕੁਛ ਹੋਇਆ ਸੀ ਹੁਣ ਇੱਥੇ ਹੋ ਗਿਆ ਆ। ਇਹ ਕਿਸੇ ਨੇ ਸ਼ੈਤਾਨੀ ਕੀਤੀ ਹੈ ਕਿਸੇ ਸ਼ੈਤਾਨ ਨੇ ਉਹਨੂੰ ਕਾਬੂ ਕਰੀਏ ਅਤੇ ਹੱਥ ਜੋੜ ਕੇ ਅਪੀਲ ਕਰਦਾ ਪ੍ਰਸ਼ਾਸਨ ਨੂੰ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਹੜਾ ਵੀ ਕਸੂਰਵਾਰ ਆ ਕਿਸੇ ਧਰਮ ਦਾ ਕਿਸੇ ਮਜ਼ਹਬ ਦਾ ਕਿਸੇ ਪਾਰਟੀ ਦਾ ਆ ਕਿਸੇ ਨਾ ਵੀ ਹੈਗਾ ਬਣਦੀ ਸਜ਼ਾ ਕਾਨੂੰਨ ਤੱਕ ਦੇ ਦਿਓ ਅਤੇ ਨਹੀਂ ਤਾਂ ਜੇ ਸਾਡੀ ਸੰਗਤ ਦੇ ਟੇਟੇ ਚੜ੍ਹ ਗਿਆ ਤੁਸੀਂ ਸਾਨੂੰ ਸਜ਼ਾ ਦੇ ਦਿਓ ਅਸੀਂ ਉਹਨੂੰ ਸਜ਼ਾ ਦੇ ਦਾਂਗੇ। ਬੀਨੂ ਸ਼ਰਮਾ ਦੀ ਰਿਪੋਰਟ ਦੇ ਨਾਲ ਦੀ ਟੀਵੀ ਐਨ ਆਰ ਰਾਈ।